असलम आज सोमवार है। रजबुल हैजबुलरज रजब की दो फग्गन की चार फरवरी पंद्रह तारीख रेडियो पाकिस्तान है अली इमरान जावेद तो खबर सुनो पहला खास खास खबर का खुलासा सदर ने कहा है कि हुकूमत दंगसिया की वजह तो पाकिस्तान एक साथी लिहाज न मजबूत हो रहा है ਸੈਨੇਟ ਵਿੱਚ ਨਾਮਜ਼ਦਗੀ ਦੇ ਕਾਗਜ਼ ਜਮ੍ਹਾਂ ਕਰਵਾਉਣ ਦਾ ਅੱਜ ਆਖਰੀ ਦਿਨ ਹੈ। ਇਤਲਾਵਾ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਹਕੂਮਤ ਨੇ ਸੈਨੇਟ ਦੇ ਇਲੈਕਸ਼ਨ ਸ਼ਫਾਫ ਤੇ ਓਪਨ ਬੈਲਟ ਦੇ ਜ਼ਰੀਏ ਕਰਾਉਣ ਦਾ ਤਯੀਅਆ ਕੀਤਾ ਹੋਇਆ ਹੈ। ਪੰਜਾਬ ਦੇ ਵਜ਼ੀਰ ਆਲਾ ਨੇ ਕਿਹਾ ਹੈ ਕਿ ਸਿਹਤ ਨੂੰ ਤਰੱਕੀ ਦੇ ਕੇ ਮਾਇਸ਼ਤ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਸਦਰ ਡਾਕਟਰ ਆਰਫ ਅਲਵੀ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਮਸਤਕਬਲ ਬੜਾ ਰੌਸ਼ਨ ਹੈ ਤੇ ਹਕੂਮਤ ਦੀਆਂ ਮੌਸਰ ਪਾਲਿਸੀਆਂ ਦੀ ਵਜ੍ਹਾ ਤੋਂ ਮੁਲਕ ਮਾਸ਼ੀ ਤੌਰ ਤੇ ਮਜ਼ਬੂਤ ਹੋ ਰਿਹਾ ਹੈ ਉਹ ਕਰਾਚੀ ਵਿੱਚ ਇੱਕ ਤਕਰੀਬ ਨੂੰ ਖਿਤਾਬ ਕਰ ਰਹੇ ਸਨ ਸਦਰ ਨੇ ਕਿਹਾ ਕਿ ਜਾਰੀ ਖਾਤਿਆਂ ਦਾ ਖਸਾਰਾ ਘਟਿਆ ਹੈ ਜਦਕਿ ਗੈਰ ਮੁਲਕੀ ਜ਼ਰਮ ਮਬਾਦਲਾ ਦੇ ਜ਼ਖੀਰੇ ਵਧੇ ਨੇ ਤੇ ਮਾਇਸ਼ਤ ਤਰੱਕੀ ਵੱਲ ਵਧ ਰਹੀ ਹੈ ਉਹ ਨਾ ਕਿਹਾ ਕਿ ਮੁਲਕ ਦੀ ਅਮਰਾਮਦਾਦ ਦਾ ਬੜਾ ਵਿੱਚ ਵੀ ਬੜਾ ਵਾਧਾ ਨਜ਼ਰ ਆ ਰਿਹਾ ਹੈ ਸਦਰ ਦਾ ਕਹਿਣਾ ਸੀ ਕਿ ਹਕੂਮਤ ਪਾਕਿਸਤਾਨ ਨੂੰ ਖਿੱਤੇ ਵਿੱਚ ਮਾਸ਼ੀਗੜ ਬਣਾਉਣ ਲਈ ਕੰਮ ਕਰ ਰਹੀ ਹੈ ਉਨਾ ਕਹਿਆ ਕਿ ਪਾਕਿਸਤਾਨ ਇੱਕ ਕਮਨ ਪਸੰਦ ਮੁੱਲ ਦੇ ਜਦ ਕਿ ਇੰਡੀਆ ਖਿੱਤੇ ਦੇ ਅਮਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬੈਨਲ ਸਵਾਈ ਰਾਪਤਾ ਦੀ ਵਜ਼ੀਰ ਡਾਕਟਰ ਫੈਮੀਦਾ ਮਿਰਜ਼ਾ ਨੇ ਤਕਰੀਬ ਵਿੱਚ ਕਿਹਾ ਕਿ ਹਕੂਮਤ ਨੇ ਕਾਰੋਬਾਰ ਵਿੱਚ ਆਸਾਨੀਆਂ ਦੇਣ ਸੰਨੇ ਚੰਗੀ ਪਾਲਿਸੀਆਂ ਸ਼ੁਰੂ ਕੀਤੀਆਂ ਨੇ ਉਹਨਾਂ ਕਹਿਆ ਕਿ سرمایہਕਾਰਾਂ ਨੂੰ ਸੌਲਤਾਨ ਤੋਂ ਫਾਇਦਾ ਚੁੱਕ ਕੇ ਪਾਕਿਸਤਾਨ ਵਿੱਚ ਰਕਮਾਂ ਲਾਣੀਆਂ ਚਾਹੀਦੀਆਂ ਨੇ ਸੈਨੇਟ ਇਲੈਕਸ਼ਨ ਵਾਸਤੇ ਨਾਮਜ਼ਦਗੀ ਦੇ ਕਾਗਜ਼ ਜਮ੍ਹਾਂ ਕਰਾਉਣ ਦਾ ਅੱਜ ਆਖਰੀ ਦਿਨ ਹੈ ਸ਼ੈਡਿਊਲ ਦੇ ਮੁਤਾਬਕ ਇਲੈਕਸ਼ਨ ਲੜਨ ਵਾਲੇ ਉਮੀਦਵਾਰਾਂ ਦੀ ਫੈਰਿਸਟ ਕੱਲ ਜਾਰੀ ਕੀਤੀ ਜਾਏਗੀ ਜਦਕਿ ਕਾਗਜ਼ਾਂ ਵਿੱਚ ਦितीयਾ ਮਾਲੂਮਾਤ ਦੀ छानਬਟਕ ਬੁੱਧਵਾਰ ਰਾਤ ਨੂੰ ਹੋਏਗੀ ਉਮੀਦਵਾਰ ਕਾਗਜ਼ ਮੁਸਤਦਿਆ ਮਨਜ਼ੂਰ ਹੋਣ ਦੇ ਖਿਲਾਫ ਅਪੀਲਾਂ ਹਫ਼ਤੇ ਨੂੰ ਕਰਵਾ ਸਕਦੇ ਨੇ ਜਦਕਿ 23 ਫਰਵਰੀ ਤੱਕ ਇਹ ਅਪੀਲਾਂ ਨਪਟਾਈਆਂ ਜਾਣਗੀਆਂ ਉਮੀਦਵਾਰ ਆਪਣਾ ਨਾਮ 5 ਫਰਵਰੀ ਨੂੰ ਵਾਪਸ ਲੈ ਸਕਣਗੇ ਸੈਨੇਟ ਦੀਆਂ 48 ਸੀਟਾਂ ਉੱਤੇ 3 ਮਾਰਚ ਨੂੰ ਵੋਟ ਪੈਣਗੇ ਵੋਟ ਪਾਰਲੀਮੈਂਟ ਹਾਊਸ ਤੇ ਸੂਬਾਈ ਅਸੈਂਬਲੀਆਂ ਵਿੱਚ ਪਾਏ ਜਾਣਗੇ ਤਲਾਵੰਤ ਨਸ਼ਰੀਆਤ ਦੇ ਵਜ਼ੀਰ ਸੈਨੇਟਰ ਸ਼ਿਬਲੀ ਫਰਾਜ਼ ਨੇ ਕਿਹਾ ਹੈ ਕਿ ਪੀਟੀਆਈ ਨੇ ਪਾਰਲੀਮੈਂਟਿ ਬੋਰਡ ਦੀਆਂ ਸਫਾਰਸ਼ਾਂ ਉੱਤੇ ਸੈਨੇਟ ਦੇ ਉਮੀਦਵਾਰ ਨਾਮਜ਼ਦ ਕੀਤੇ ਨੇ ਨੀਜੀ ਟੀਵੀ ਚੈਨਲ ਉਤੇ ਗੱਲਾਂ ਕਰਦਿਆਂ ਹੋਏ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਸੈਨੇਟ ਇਲੈਕਸ਼ਨ ਸ਼ਪਾਬ ਤੇ ਓਪਨ ਬੈਲਟ ਦੇ ਤਰੀਕੇ ਨਾਲ ਕਰਵਾਉਣ ਦਾ ਤਿਆਰੀਆ ਕੀਤਾ ਹੋਇਆ ਹੈ ਵਫਾਕੀ ਵਜ਼ੀਰ ਦਾ ਕਹਿਣਾ ਸੀ ਕਿ ਮਿਸਾਕ-ਏ-ਜੁਮਹੂਰੀਤ ਵੀ ਵਿੱਚ ਵੀ ਓਪਨ ਬੈਲਟ ਦੇ ਜ਼ਰੀਏ ਇਲੈਕਸ਼ਨ ਕਰਵਾਉਣ ਦੀ ਗੱਲ ਕੀਤੀ ਗਈ ਹੈ ਇਸ ਮਾਇਦੇ ਉੱਤੇ 2006 ਵਿੱਚ ਦੋ ਸਾਬਕਾ ਵਜ਼ੀਰ-ਏ-ਆਜ਼ਮਾ ਨੇ ਨਸਬ ਕੀਤੇ ਸਨ ਚੇਅਰਮੈਨ ਜੁਆਇੰਟ ਚੀਫਸ ਆਫ ਸਟਾਫ ਕਮੇਟੀ ਜਨਰਲ ਨਦੀਮ ਰਜ਼ਾ ਨੇ ਕਿਹਾ ਕਿ ਪਾਕਿਸਤਾਨ ਸਾਰੇ ਨਾਲ ਅਮਨ ਨਾਲ ਰਹਿਣ ਤੇ ਤਾਵਨ ਕਰਨ ਦੇ ਇਰਾਦੇ ਉਤੇ ਅਮਲ ਕਰ ਰਿਹਾ ਹੈ। ਉਹ ਕਰਾਚੀ ਵਿੱਚ ਬਹਿਰੀ ਫੌਜ ਦੀਆਂ ਅਮਨ ਮਸ਼ਕਾਂ 2021 ਦੇ سلسلے ਵਿੱਚ دہشت ਗਰਦੀ ਨਾਲ ਨਿਬੜਨ ਦੇ ਇੱਕ ਮਜ਼ਾਹਰੇ ਨੂੰ ਵੇਖਣ ਦੇ ਮੌਕੇ ਤੇ ਗੱਲਾਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਸ਼ਕਾਂ ਨਾਲ ਇਲਾਕੇ ਵਿੱਚ ਤਾਵਨ ਵਧੇਗਾ ਤੇ ਇਸਤਕਾਮ ਆਉਣ ਦੇ ਨਾਲ-ਨਾਲ ਸਮੁੰਦਰ ਵਿੱਚ دہشت ਗਰਦੀ ਤੇ ਜੁਰਮਾਂ ਉੱਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਜਨਰਲ ਨਦੀਮ ਰਜ਼ਾ ਦਾ ਕਹਿਣਾ ਸੀ ਕਿ ਮਸ਼ਕਾਂ ਤੋਂ ਸਾਡੇ ਇਲਾਕੇ ਵਿੱਚ ਅਮਨ ਤੇ ਇਸਤਿਕਾਮ ਦੇ ਪੱਕੇ ਇਰਾਦੇ ਦਾ ਵੀ ਇਜ਼ਹਾਰ ਹੁੰਦਾ ਹੈ। ਇਹਨਾਂ ਮਸ਼ਕਾਂ ਵਿੱਚ ਕੋਈ 40 ਮੁਲਕਾਂ ਦੇ ਬੈਰੀ ਜਹਾਜ਼, 에ਅਰਕ੍ਰਾਫਟਸ, ਸਪੈਸ਼ਲ ਆਪਰੇਸ਼ਨ ਫੋਰਸਸ, ਮੈਰੀਟਾਈਮ ਟੀਮਾਂ ਤੇ ਮੁਬਸਰ ਹਿੱਸਾ ਲੈ ਰਹੇ ਨੇ। ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ। ਨੌਵੀਂ ਬੈਨਲ ਕਵਾਮੀ ਮੈਰੀਟਾਈਮ ਕਾਨਫਰੰਸ ਅੱਜ ਤੋਂ ਕਰਾਚੀ ਵਿੱਚ ਸ਼ੁਰੂ ਹੋ ਰਹੀ ਹੈ। ਪਾਕ ਬਹਿਰੀਆ ਵੱਲੋਂ ਕਰਵਾਈ ਗਈ ਕਾਨਫਰੰਸ ਦਾ ਮੌਜੂ ਹੈ ਪਾਇਦਾਰ ਤੇ ਮਹਿਫੂਜ਼ ਮਾਹੌਲ ਵਿੱਚ ਸਮੁੰਦਰੀ ਮਾਇਸ਼ਤ ਨੂੰ ਤਰੱਕੀ ਦੇਣਾ ਕਰਾਚੀ ਕੋਰ ਦੇ ਜਵਾਨ ਥਰ ਦੇ ਸਹਰਾ ਵਿੱਚ ਜਾਰੀ ਮਸ਼ਕਾਂ ਜਦਾਰੁਲ ਹਦੀਦ ਵਿੱਚ ਹਿੱਸਾ ਲੈ ਰਹੇ ਨੇ ਇਹਨਾਂ ਮਸ਼ਕਾਂ ਦਾ ਮਕਸਦ ਸਹਰਾ ਵਿੱਚ ਮੁਲਕ ਦੇ ਦਫਾਅ ਤੇ ਆਪਣੇ ਬਚਾਓ ਲਈ ਤਰਬੀਅਤ ਹਾਸਲ ਕਰਨਾ ਹੈ ਪੰਜਾਬ ਦੇ ਵਜ਼ੀਰ ਆਲਾ ਸਰਦਾਰ ਉਸਮਾਨ ਬਜ਼ਦਾਰ ਨੇ ਕਿਹਾ ਹੈ ਕਿ ਹਕੂਮਤ ਘੱਟ ਤਰੱਕੀ ਵਾਲੇ ਇਲਾਕਿਆਂ ਦੀ ਤਰੱਕੀ ਉੱਤੇ ਸਭ ਤੋਂ ਵੱਧ ਧਿਆਨ ਦੇ ਰਹੀ ਹੈ ਉਨਾਇਗਲ ਭਾਉਲਪੁਰ ਵਿੱਚ ਇੱਕ اجلاس ਦੀ ਸਦਾਰਤ ਕਰਦੇ ਹੋਏ ਕਈ। ਉਹਨਾਂ ਕਿਹਾ ਕਿ ਉਹ ਸਾਰੇ ਸੂਬੇ ਵਿੱਚ ترقیاتی ਮਨਸੂਬਿਆਂ ਦੀ ਖੁਦ ਨਿਗਰਾਨੀ ਕਰ ਰਹੇ ਨੇ। ਉਹਨਾਂ ਮੁਤਲਕਾ ਹੁਕਾਮ ਨੂੰ ਹਦਾਇਤ ਕੀਤੀ ਕਿ ਉਹ ਮਨਸੂਬਿਆਂ ਨੂੰ ਵੇਲੇ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਆਵਾਮੀ ਭਲਾਈ ਦੇ ਮਨਸੂਬਿਆਂ ਦੇ ਮਿਆਰ ਨੂੰ ਬਰਕਰਾਰ ਰੱਖਣ ਉੱਤੇ ਵੀ ਖਾਸ ਧਿਆਨ ਦੇਣ। ਉਹਨਾਂ ਮੁਤਲਕਾ ਹੁਕਾਮ ਨੂੰ ਹਦਾਇਤ ਕੀਤੀ ਕਿ ਉਹ ਖੁਦ ਦੌਰੇ ਕਰਨ ਤੇ ਜਾਰੀ ਮਨਸੂਬਿਆਂ ਉਤੇ ਕੰਮ ਦੀ ਰਫਤਾਰ ਦਾ ਜਾਇਜ਼ਾ ਲੈਣ। ਅਸ ਮੌਕੇ ਤੇ ਵਜ਼ੀਰੀਆਲਾ ਨੂੰ ਤਰੱਕੀਆਤੀ ਮਨਸੂਬਿਆਂ ਤੇ ਪੇਸ਼ਟ ਹਫਤੇ ਬਹਾਉਲਪੁਰ ਡਿਵੀਜ਼ਨ ਦੇ ਵਿੱਚ ਅਮਨ-ਓ-ਮਾਨ ਦੀ ਸੁਰਿਅਤ ਹ ਬਾਰੇ ਵੀ ਦੱਸਿਆ ਗਿਆ। ਉਧਰ ਇੱਕ ਬਿਆਨ ਵਿੱਚ ਵਜ਼ੀਰੀਆਲ ਉਸਮਾਨ ਬਜ਼ਾਰ ਨੇ ਕਿਹਾ ਹੈ ਕਿ ਮਹਿਸ਼ਯਦ ਦੀ ਮਜ਼ਬੂਤੀ ਲਈ ਸਿਆਹਤ ਦੇ ਸ਼ੁਬੇ ਵਿੱਚ ਬੜੀ ਗੁੰਜਾਇਸ਼ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਾੜੀ, ਕੋਈ ਸੁਲੇਮਾਨ ਤੇ ਚੋਲਿਸਾਨ ਜੇ ਇਲਾਕਿਆਂ ਵਿੱਚ ਬੁਨਿਆਦੀ ਸਹੂਲਤਾਂ ਦੇ ਕੇ ਸਿਆਹਤ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ। ਐਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਉਨਾ ਕਹਿਆ ਕਿ ਇੰਨਾ ਦੂਰ ਪਾਰ ਦੇ ਇਲਾਕਿਆਂ ਵਿੱਚ ਪਾਣੀ ਮਹਈਆ ਕਰਨ ਲਈ ਜ਼ਮੀਨ ਦੇ ਅੰਦਰ ਪਾਣੀ ਦੇ ਟੈਂਕ ਬਣਾਉਣ ਉੱਤੇ ਵੀ ਗੌਰ ਕੀਤਾ ਜਾ ਰਿਹਾ ਹੈ। ਭਾਰਤੀ ਪੰਜਾਬ ਦੇ ਵਜ਼ੀਰ ਆਲਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਨੂੰ ਮਰਕਜ਼ ਤੇ ਹਰਿਆਣਾ ਵਿੱਚ ਹਕੂਮਤ ਕਰਨ ਦਾ ਹੱਕ ਨਹੀਂ ਰਿਹਾ ਹੈ। ਉਹਨਾਂ ਇਹ ਗੱਲ ਇੱਕ ਬਿਆਨ ਵਿੱਚ ਕਹੀ ਹੈ। ਉਹਨਾਂ ਇਤਿਜਾਜ ਕਰਨ ਵਾਲੇ ਕਿਸਾਨਾਂ ਦੀ ਮੌਤ ਬਾਰੇ ਭਾਜਪਾ ਦੇ ਸੀਨੀਅਰ ਲੀਡਰਾਂ ਦੇ ਬਿਆਨਾਂ ਉੱਤੇ ਅਫਸੋਸ ਜ਼ਾਹਿਰ ਕੀਤਾ। ਭਾਰਤੀ ਪੰਜਾਬ ਦੇ ਵਜ਼ੀਰੇ ਆਲਾ ਨੇ ਮਰਨ ਵਾਲੇ ਕਿਸਾਨਾਂ ਦੇ ਖਾਨਦਾਨਾਂ ਲਈ مالی ਮਦਦ ਨਾ ਕਰਨ ਉੱਤੇ ਵੀ ਭਾਜਪਾ ਦੀ ਹਕੂਮਤ ਤੇ ਸਖਤ تنਕੀਦ ਕੀਤੀ। ਦਿੱਲੀ ਦੇ ਖਬਰ ਇੰਡੀਅਨ ਐਕਸਪ੍ਰੈਸ ਨੇ ਕਿਹਾ ਹੈ ਕਿ ਭਾਰਤ ਨੂੰ ਮੋਦੀ ਹਕੂਮਤ ਦੀ وجہ ਤੋਂ ਸਖਤ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਆਰਟੀਕਲ ਵਿੱਚ ਖਬਰ ਨੇ ਕਿਹਾ ਕਿ ਸਿਆਸੀ ਵਰਕਰਾਂ ਨੂੰ ਜੇਲਾ ਵਿੱਚ ਬੰਦ ਕੀਤਾ ਜਾ ਰਿਹਾ ਹੈ ਤੇ ਹਕੂਮਤ ਦੇ ਖਿਲਾਫ ਲਿਖਣ ਤੇ ਬੋਲਣ ਉੱਤੇ ਬੋਲਣ ਵਾਲੇ ਨੂੰ ਸਾਜ਼ਿਸ਼ ਕਰਨ ਦਾ ਇਲਜ਼ਾਮ ਉੱਤੇ ਫੜਿਆ ਜਾ ਰਿਹਾ ਹੈ। ਰਾਤੀ ਲਾਹੌਰ ਵਿੱਚ ਪਾਕਿਸਤਾਨ ਨੇ ਜਨੂਬੀ ਅਫਰੀਕਾ ਨੂੰ ਤੀਜੇ T20 ਕ੍ਰਿਕਟ ਮੈਚ ਵਿੱਚ ਚਾਰ ਵਿਕਟਾਂ ਤੋਂ ਹਰਾ ਦਿੱਤਾ ਹੈ। ਇਸ ਤਰ੍ਹਾਂ ਪਾਕਿਸਤਾਨ ਨੇ ਤਿੰਨ ਮੈਚਾਂ ਦੀ ਸੀਰੀਜ਼ ਵੀ ਇੱਕ ਦੇ ਮੁਕਾਬਲੇ 2 ਮੈਚਾਂ ਨਾਲ ਜਿੱਤ ਲਈ ਹੈ। ਇਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਤਫ਼ਸੀਲ ਸੁਣਨ ਲਈ ਸਾਡੀ ਵੈੱਬਸਾਈਟ radio.gov.pk ਨਾਲ ਜੁੜੇ ਰਹੋ।